ਲੋਕਾਂ ਨੂੰ ਰੁਜ਼ਗਾਰ ਚਾਹੀਦਾ ਜੀ, ਮੁਫਤਖੋਰੀ ਤਾਂ ਗਲਤ ਹੈ। ਕੁੜੀਆਂ ਵਧੀਆ, ਭਗਵੰਤ ਮਾਨ ਦੀ ਸਰਕਾਰ ਹੈ, ਦੇਖੋ ਕੋਈ ਲੇਟ ਨਹੀਂ ਜਾਂਦੀ। ਸਾਡੇ ਪਿੰਡ 15 ਸਾਲ ਹੋ ਗਏ ਤੇ ਇੱਥੇ ਨਹਿਰੀ ਪਾਣੀ ਨਹੀਂ ਆਇਆ ਸੀ ਸਾਡੇ ਖੇਤਾਂ 'ਚ, ਉਹ ਪਾਈਪਾਂ ਲੈਣ ਪਾ ਕੇ ਭਜਾਤਾ ਜੀ ਭਗਵੰਤ ਮਾਨ ਨੇ। ਬਹੁਤ ਹੀ ਵਧੀਆ ਜੋ ਕੁੜੀਆਂ ਦਾ ਪਰਿਵਾਰ ਹੈ, ਕੁੜੀਆਂ ਦੇ ਪਿਤਾ ਬਹੁਤ ਹੀ ਸ਼ਾਸ ਦਰਵੇਸ਼ਦਾਨ ਸੀਗੇ ਸਾਹਿਬ ਗੁਰਮੀਤ, ਕੁੜੀਆਂ ਆਪ ਵੀ ਵਧੀਆ ਨੇ। ਐਤ ਵਾਧੂ ਰੱਖਦਾ ਸਾਨੂੰ, ਪਾਣੀ ਵਾਧੂ ਰੱਖਦਾ ਸੂਬੇ ਦਾ, ਅਤੇ ਲੱਗੇ ਨੇ ਅਤੇ ਟੱਪ ਨੇ ਨਾ ਨਾ 20-50 ਬੰਦੇ ਸਾਡੇ ਕੰਮ 'ਤੇ ਲੱਗੇ ਹੋਏ ਨੇ। ਭਗਵੰਤ ਮਾਨ ਸਰਕਾਰ ਸਾਡੇ ਵਾਸਤੇ ਠੀਕ ਹੈ ਜੀ, ਮੋਟਰ ਸਪੈਸ਼ਲ ਦੇ ਦਿੱਤੀਆਂ, ਖੇਤਾਂ ਵਾਲੇ ਵੀ, ਘਰ ਵਾਲੇ ਵੀ, ਮੁਲਾਜ਼ਮ ਆਏ ਸਾਲ ਭਰਤੀ ਹੁੰਦੇ ਬੱਚੇ। ਕਿਉਂ ਲੁੱਟ ਲਿਆ ਯਾਰ, ਕਿਤੋਂ ਕੀ ਮੈਥੋਂ 1 ਰੁਪਿਆ ਵੀ ਨਹੀਂ ਲਿੱਤਾ ਉਹਨੇ, ਮੈਂ ਕਿਵੇਂ ਕਹਿੰਦਾ ਵੀ ਕੀ ਲੁੱਟ ਲਿਆ ਮੇਰਾ। ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ, ਸਾਨੂੰ 70 ਸਾਲ ਹੋ ਗਏ ਦੇਖਦਿਆਂ ਨੂੰ, ਜੋ ਨਜ਼ਾਰੇ ਭਗਵੰਤ ਮਾਨ ਨੇ ਲਿਆ ਰੱਖਿਆ ਕਿਸੇ ਨੇ ਨਹੀਂ ਲਿਆ। 1 ਲੱਖ ਰੁਪਏ ਨਾਲ ਆਈ ਹੈ ਜੀ, 5 ਲੱਖ ਨਾਲ ਆਈ ਹੈ, 5 ਲੱਖ ਉਦੋਂ ਰਾਤ ਸੀ, ਉਦੋਂ ਲਾਈਟ ਕਿਹਨੇ ਆਈ, ਉਹੀ ਤਾਰਾਂ ਨੇ ਉਹੀ ਖੰਭੇ ਨੇ। ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਲੋਕਾਂ ਦੀ ਰਹਿ, ਮਾਨਸਾ ਦੇ ਪਿੰਡ ਵਰੇ ਪਹੁੰਚੇ ਹਾਂ, ਕੀ ਕਹਿਣਾ ਲੋਕਾਂ ਦਾ। ਸੱਥ ਦੇ ਵਿੱਚ ਚਰਚਾ ਛਿੜਦੀ ਹੁੰਦੀ ਆ ਹਰ ਸਰਕਾਰ ਦੀ, ਅਤੇ ਸਰਕਾਰਾਂ ਇੱਥੋਂ ਹੀ ਬਣ ਜਾਂਦੀਆਂ ਨੇ, ਕਿਉਂਕਿ ਜਿਹੜੀ ਚਰਚਾ ਹੁੰਦੀ ਹੈ, ਜਿਹੜੀ ਸਰਕਾਰ ਦੀ ਚਰਚਾ ਹੁੰਦੀ ਆ, ਉਹ ਕੰਮਾਂ ਨੂੰ ਲੈ ਕੇ ਵੀ ਹੁੰਦੀ ਹੈ ਅਤੇ ਮਾੜੇ ਕੰਮਾਂ ਨੂੰ ਲੈ ਕੇ ਵੀ ਹੁੰਦੀ ਹੈ। ਇਹ ਜਾਣਕਾਰੀ ਹੁਣ ਬਜ਼ੁਰਗਾਂ ਤੋਂ ਲਵਾਂਗੇ, ਜਿੰਨੇ ਵੀ ਸੱਥ 'ਚ ਮੌਜੂਦ ਨੇ, ਵੀ ਪੰਜਾਬ ਵਸਾਇਆ ਕੀ ਨੇ ਅਤੇ ਪੰਜਾਬ ਨੂੰ ਲੁੱਟਿਆ ਕੀ ਨੇ, ਕਿਹਨੇ ਲਾਏ ਲਾਰੇ, ਸਾਰੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਭੋਲਾ ਸਿੰਘ ਜੀ। ਭੋਲਾ ਜੀ, ਕੀ ਮਾਹੌਲ ਆ ਪਹਿਲਾਂ ਤਾਂ ਪਿੰਡ ਦਾ ਉਹ ਦੱਸਿਓ। ਵਧੀਆ ਮਾਹੌਲ ਹੈ ਜੀ। ਹਾਂਜੀ, ਕੀ ਲੱਗਦਾ ਫਿਰ ਇਸ ਵਾਰ? ਇਸ ਵਾਰ ਬੀਬਾ ਹਰਸਿਮਰਤ ਕੌਰ ਬਾਦਲ ਜਿੱਤੂਗੀ ਜੀ। ਅੱਛਾ, ਪੱਕੇ ਤੌਰ 'ਤੇ ਲਿਖਾ ਕੇ ਲੈ ਲਓ ਭਾਵਾਂ। ਅੱਛਾ, ਜੇ ਆਪਾਂ ਤੁਸੀਂ ਕਿਹਾ ਵੀ ਬੀਬਾ ਹਰਸਿਮਰਤ ਜਿੱਤਣਗੇ, ਕੰਮਾਂ ਦੀ ਗੱਲ ਕਰੀਏ ਤਾਂ ਕੰਮ ਜ਼ਰੂਰ ਇੱਕ ਵਾਰੀ ਦੱਸ ਦਿਓ, ਕਿਉਂਕਿ ਪਹਿਲਾਂ ਵੀ MP ਰਹੇ। ਬੀਬਾ ਤੋਂ ਬਿਨਾਂ ਕਿਸੇ ਨੇ ਕੰਮ ਇੱਕ ਪੈਸੇ ਦਾ ਕੀਤੇ ਹੀ ਨਹੀਂ। 7 ਸਾਲ ਹੋ ਗਏ, 5 ਸਾਲ ਕਾਂਗਰਸ ਲਾ ਗਈ ਸਾਡੇ ਪਿੰਡ 'ਚ, 1,30,000 ਰੁਪਇਆ ਕਾਂਗਰਸ ਦਾ ਆਇਆ ਸਾਡੇ ਕੋਲ, ਮੌਜੂਦਾ ਪੰਚਾਇਤ ਸੀ। ਠੀਕ ਹੈ, ਹੁਣ 2.5 ਸਾਲ ਹੋ ਗਏ ਸਾਡੇ, 1 ਪੈਸੇ ਦਾ ਕੰਮ ਕੋਈ ਦੱਸ ਦੇ, 1 ਪੈਸੇ ਦਾ ਵੀ ਅਸੀਂ ਮਤਲਬ ਕਿਰਾਇਆ ਪਿੰਡ 'ਚ। ਪਿੰਡ 'ਚ ਸਹੂਲਤ ਕੀ ਕੀ ਹੈ ਜੀ? ਸਹੂਲਤਾਂ ਸਾਡੇ ਪਿੰਡ 'ਚ ਪੁਰਾਣੀਆਂ ਸਾਰੀਆਂ ਨੇ, ਇੱਕੋ ਇੱਕ ਸਹੂਲਤ ਹੈ, ਜਿਵੇਂ ਸਾਰੇ ਸਕੂਲ ਨੇ, ਸਕੂਲ ਸਾਰੇ ਵੱਡੇ ਨੇ, ਸੜਕਾਂ ਬਣੀਆਂ ਹੋਈਆਂ ਨੇ ਪਹਿਲਾਂ ਸਾਰੀਆਂ, ਅਤੇ ਪਿੰਡ ਦਾ ਵਿਕਾਸ ਹੋਇਆ ਸਾਰਿਆਂ, ਤੁਸੀਂ ਦੇਖ ਲਓ ਵੀ ਬਾਹਰ ਸਿਮਰ ਕੌਰ ਦੇ ਪੈਸੇ ਲੱਗੇ ਨੇ, ਸਾਰੇ ਜਿੰਨੇ ਲੱਗੇ ਨੇ ਪਿੰਡ 'ਚ। ਅਤੇ ਜੇ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਨੇ ਕੀਤੇ ਕੰਮ? ਕਾਂਗਰਸ ਨੇ ਸਾਡੇ ਤੁਹਾਨੂੰ ਦੱਸਿਆ ਵੀ 1,30,000 ਰੁਪਇਆ ਆਇਆ ਜੀ 5 ਸਾਲਾਂ 'ਚ, ਬਾਕੀ ਸਾਡੀ ਸੰਗਤ ਖੜੀ ਇਹਨਾਂ ਤੋਂ ਪੁੱਛ ਲਓ। ਜੀਤਮਿੰਦਰ ਆਇਆ ਸਿੱਧੂ, ਕਿਵੇਂ ਲੱਗਦਾ? ਉਹ ਪਾਰਟੀ ਨੇ ਤਾਂ ਅਗਲੇ ਦੀ ਜਿਹੜੇ ਬੰਦੇ ਹੈਗੇ ਉਹਨਾਂ ਨੇ ਵੋਟ ਪਾਉਣੀ ਹੋਈ ਆ, ਜੁੜੇ ਹੋਏ ਬੰਦੇ ਤਾਂ ਵੋਟ ਪਾਉਣਗੇ ਹੀ, ਉਹਦਾ ਪਾਰਟੀ ਨੇ ਆਪਦੇ ਬੰਦਿਆਂ ਨੂੰ ਵੋਟ ਪਾਉਣੀ ਹੈ। ਕੋਈ ਵੀ ਜੇ ਆਪਾਂ ਗੱਲ ਕਰਦੇ ਹਾਂ, ਲੋਕਾਂ ਨੂੰ ਰੁਜ਼ਗਾਰ ਚਾਹੀਦਾ ਕਿ ਮੁਫਤ? ਲੋਕਾਂ ਨੂੰ ਰੁਜ਼ਗਾਰ ਚਾਹੀਦਾ ਜੀ, ਮੁਫਤਖੋਰੀ ਤਾਂ ਗਲਤ ਹੈ, ਅਸੀਂ ਤਾਂ ਪਹਿਲਾਂ ਤੋਂ ਕਹਿੰਦੇ ਹਾਂ ਵੀ ਜਿਹੜੀ ਮੁਫਤਖੋਰੀ ਸਰਕਾਰਾਂ ਨੇ ਕੀਤੀ ਹੈ ਇਹ ਗਲਤ ਹੈ। ਬਿਲਕੁਲ, ਅਤੇ ਬਾਜੀ ਕੀ ਨਾਮ ਹੈ? ਹਰੀ ਸਿੰਘ ਜੀ। ਕੀ ਲੱਗਦਾ ਫਿਰ ਇਸ ਵਾਰ ਮਾਹੌਲ ਕੀ ਹੈ ਅਤੇ ਕਿਹੜੀ ਪਾਰਟੀ ਨੇ ਕੰਮ ਕੀਤਾ ਪੰਜਾਬ ਦੇ ਭਲੇ ਲਈ? ਜਿਹੜੀ ਗੱਲ ਕਰਦੇ ਜਿਵੇਂ ਜਥੇਦਾਰ ਜੀ, ਆਪਣੇ ਪਿੰਡ 'ਚ ਹੁਣ 1 ਕਰੋੜ ਰੁਪਇਆ ਲੱਗ ਗਿਆ ਆਮ ਆਦਮੀ ਪਾਰਟੀ ਵੱਲੋਂ, 1 ਕਰੋੜ ਰੁਪਇਆ ਲਾਇਆ, 25 ਲੱਖ ਦਾ ਸ਼ੈੱਡ ਬਣਾਇਆ, 25 ਲੱਖ ਦਾ ਉੱਥੇ ਸੁਵਿਧਾ ਕੇਂਦਰ ਬਣਾਇਆ, ਹਸਪਤਾਲ ਜਿਹੜਾ ਆਪਣਾ ਉਹ ਬਣਾਇਆ, ਠੀਕ ਆ, ਹਸਪਤਾਲ ਜੀ, ਮੁਹੱਲਾ ਕਲੀਨਿਕ, ਅਤੇ 25 ਲੱਖ ਰੁਪਇਆ ਉਹਨਾਂ ਨੇ ਲਾਇਆ ਜੀ ਸਕੂਲ ਦੀ 4 ਦੀਵਾਰੀ 'ਤੇ। ਸਾਰੇ ਪਿੰਡ ਦੇ ਵਿੱਚ ਕੰਮ ਹੋ ਰਿਹਾ, ਵਧੀਆ ਕੰਮ ਹੋ ਰਿਹਾ, ਗੁਰਮੀਤ ਖੁੜੀਆਂ ਵਧੀਆ, ਭਗਵੰਤ ਮਾਨ ਦੀ ਸਰਕਾਰ ਹੈ, ਦੇਖੋ ਅਸੀਂ ਕਿਸਾਨ ਹਾਂ, ਸਾਡੇ ਮੋਟਰ ਵਾਲੀ ਲਾਈਟ ਨਹੀਂ ਜਾਂਦੀ। ਸਾਡੇ ਪਿੰਡ 15 ਸਾਲ ਹੋ ਗਏ ਤੇ ਇੱਥੇ ਨਹਿਰੀ ਪਾਣੀ ਨਹੀਂ ਆਇਆ ਸੀ ਸਾਡੇ ਖੇਤਾਂ 'ਚ, ਉਹ ਪਾਈਪਾਂ ਲੈਣ ਪਾ ਕੇ ਭਜਾਤਾ ਜੀ ਭਗਵੰਤ ਮਾਨ ਨੇ। ਬਹੁਤ ਵਧੀਆ ਕੰਮ ਹੋ ਰਹੇ ਨੇ, ਅਸੀਂ ਤਾਂ ਕਹਿੰਦਾ ਵੀ ਝਾੜੂ ਨੂੰ ਵੋਟਾਂ ਪਾਓ, ਵਧੀਆ ਇਮਾਨਦਾਰ ਸਰਕਾਰ ਹੈ, ਵਧੀਆ ਕੰਮ ਕਰ ਰਹੀ ਹੈ ਹਰ ਪੱਖ ਤੋਂ, ਹਸਪਤਾਲ, ਇਲਾਜ, ਸਾਰਾ ਕੁਝ ਵਧੀਆ ਕਰ ਰਹੀ ਹੈ। ਖੁੱਡੀਆਂ ਬਾਰੇ ਜਾਣਦੇ? ਹਾਂ, ਖੁੱਡੀਆਂ ਬਾਰੇ ਜਾਣਦੇ ਜੀ, ਬਹੁਤ ਹੀ ਵਧੀਆ ਜੋ ਖੁੱਡੀਆਂ ਦਾ ਪਰਿਵਾਰ ਹੈ, ਖੁੱਡੀਆਂ ਦੇ ਪਿਤਾ ਬਹੁਤ ਹੀ ਸ਼ਾਸ ਦਰਵੇਸ਼ਦਾਨ ਸੀਗੇ, ਜਿਨ੍ਹਾਂ ਨੇ ਮਤਲਬ ਨਾ ਕੋਈ ਗੰਨਮੈਨ ਲਿੱਤਾ, ਵਧੀਆ ਰੁੱਖ ਹੈ, ਵਧੀਆ ਖੁੱਡੀਆਂ ਸਾਹਿਬ, ਗੁਰਮੀਤ ਖੁੱਡੀਆਂ ਆਪ ਵੀ ਵਧੀਆ ਨੇ, ਕੋਈ ਉਹਨਾਂ ਲਵੇ ਮਤਲਬ ਰਾਜਨੀਤਿਕ ਜਾਂ ਉਹ ਉੱਦਾਂ ਦੀਆਂ ਗੱਲਾਂ ਨਹੀਂ ਕਰਦੇ, ਲੋਕਾਂ ਵਿੱਚ ਭਾਈਚਾਰਕ ਸਾਂਝ 'ਚ ਵਿਚਰਦੇ ਜੀ ਉਹ। ਅੱਛਾ, ਬਾਬਾ ਜੀ ਕੀ ਨਾਮ ਹੈ? ਮਾਰੂ। ਕੀ ਲੱਗਦਾ ਜੀ ਫਿਰ? ਹੈਂ, ਕੀ ਲੱਗਦਾ ਇਸ ਵਾਰ ਇਹ ਜੀ? ਸਾਡਾ ਇਹ ਸਰਕਾਰ ਚੰਗੀ ਹੈ ਜਿਹੜੀ ਭਗਵੰਤ ਮਾਨ ਦੀ ਹੈ। ਭਗਵੰਤ ਮਾਨ ਕਿਉਂ?
ਹਾਂ ਇਹ ਲੈਟ ਵਾਧੂ ਰੱਖਦਾ ਸਾਨੂੰ, ਪਾਣੀ ਵਾਧੂ ਰੱਖਦਾ ਸੂਏ ਦਾ, ਹੋਰ ਸਾਨੂੰ ਕੁਝ ਚਾਹੀਦਾ? 10 ਮਿੰਟ ਦਾਣੇ ਕਰਦੇ, ਮੌਜਾਂ ਕਰਦੇ, ਸਾਡਾ ਚਾਹੀਦਾ ਪਾਣੀ ਰਾਹ 'ਚ ਹੀ ਰਹਿੰਦਾ, ਅੱਗੇ ਘਰ ਦਾ ਅੱਧਾ ਲੱਗਦਾ, ਗੁਰਚਾ ਬਣਾ ਕੇ ਲੈਂਦੇ ਖੇਤੋਂ ਮੁੜਿਆਂ ਦੇ, ਲੈਟ ਸਾਰੀ ਲੰਘ ਜਾਂਦੀ। ਹਾਂ ਸਾਡੇ ਹੁਣ 10 ਮਿੰਟ ਦਾਣੇ ਹੁਣ ਲੱਗ ਗਏ, ਹੁਣ ਸਾਰਾ ਕੁਛ ਹੁੰਦਾ ਕਣਕ ਸਾਡੇ ਝੋਨੇ। ਇੱਕ ਸਾਰਿਆਂ ਨੂੰ ਇਹੀ ਸਵਾਲ ਕਰਦਾ ਵੀ ਨੌਕਰੀਆਂ ਦਾ ਕੀ ਮਾਹੌਲ ਹੈ? ਵੀ ਭਗਵੰਤ ਮਾਨ ਸਟੇਜ ਤੇ ਖੜ ਕੇ ਕਹਿੰਦਾ ਵੀ ਨੌਕਰੀਆਂ ਦੇਤੀਆਂ ਬਿਨਾਂ ਸਿਫਾਰਸ਼, ਸਾਡੇ 20-50 ਬੰਦੇ ਲੱਗੇ ਨੇ, ਇਹ ਗੱਪ ਨੇ? ਨਾ ਨਾ 20-50 ਬੰਦੇ ਸਾਡੇ ਕੰਮ ਤੇ ਲੱਗੇ ਹੋਏ ਨੇ, 20-50 ਲੱਗੇ। ਹਾਂ ਬਿਨਾਂ ਪੈਸਿਆਂ ਤੋਂ? ਬਿਨ ਪੈਸਿਆਂ ਤੋਂ। ਤੇ ਪਹਿਲਾਂ ਕੀ ਹੁੰਦਾ ਸੀ? ਪਹਿਲਾਂ ਬਸ ਤੈਨੂੰ ਪਤਾ ਡਾਇਲੈਂਗ ਪਾਲ ਚ ਸਿੱਖੀ ਜੀ, ਝੋਲੀਆਂ ਭਰਾਉਣਾ ਇੱਥੇ, ਹੋਰ ਦੱਸ ਕੀ ਜੀ। ਆਹੋ ਅੱਛਾ ਬਾਈ ਜੀ, ਤੁਹਾਨੂੰ ਕੀ ਲੱਗਦਾ? ਠੀਕ ਹੈ, ਭਗਵੰਤ ਮਾਨ ਸਰਕਾਰ ਸਾਡੇ ਵਾਸਤੇ ਠੀਕ ਹੈ ਜੀ। ਕਿਉਂ? ਇੱਕ ਤਾਂ ਇਹ ਨੌਕਰੀਆਂ ਦੇ ਆਹ ਭ੍ਰਿਸ਼ਟਾਚਾਰ ਨਹੀਂ ਹੈਗਾ, ਘੱਟ ਹੈ ਜੀ। ਅੱਛਾ। ਇਹ ਨੌਕਰੀਆਂ ਮੁੰਡੇ ਜਿਹੜੇ ਵਧੀਆ ਪੋਜੀਸ਼ਨ ਲੈਂਦੇ ਉਹਨਾਂ ਨੂੰ ਮਿਲਦੀਆਂ ਜੀ। ਹਾਂ, ਗਰੀਬ ਘਰਾਂ ਦੇ ਵੀ, ਹੋਰ ਵੀ। ਅੱਛਾ, ਅਕਾਲੀ ਦਲ ਦਾ ਕੰਮ? ਅਕਾਲੀ ਦਲ ਪਹਿਲੇ ਠੀਕ ਸੀ ਜੀ, ਹੁਣ ਨਹੀਂ ਹੈਗਾ। ਹੁਣ ਨਹੀਂ ਹੈਗਾ। ਹਾਂ, ਬਾਦਲ ਖਰਾਬ ਹੋ ਗਿਆ। ਉਹ ਬਾਦਲ ਨਾਲ ਹੀ ਵਗ ਗਿਆ ਜੀ। ਬਾਦਲ ਜੀ, ਹਾਂਜੀ। ਤੇ ਕਾਂਗਰਸ ਦਾ ਕੰਮ? ਕਾਂਗਰਸ ਨੂੰ ਵੀ ਜੀ ਇਹ ਠੀਕ ਹੈ ਸਾਨੂੰ ਤਾਂ। ਅੱਛਾ, ਇਹ ਠੀਕ ਹੈ। ਹਾਂ, ਝਾੜੂ ਵਾਲੇ ਕਾਂਗਰਸ ਨਹੀਂ ਜੱਜਦੀ? ਕਾਂਗਰਸ ਵੀ ਭ੍ਰਿਸ਼ਟਾਚਾਰ ਦਬਾਏ ਨੇ। ਨਾ ਨਾ ਨਾ, ਇਕੜੇ ਸਾਨੂੰ ਆ ਪੈਸੇ ਦਬਾਏ ਨੇ ਕਾਂਗਰਸ ਨੇ, ਪਹਿਲਾਂ ਨਰਮੇ ਵੇਲੇ ਡਾਲੀ ਨਹੀਂ ਦਬਾਇਆ। ਹਾਂ, ਆ ਮਾਂ ਇਹਨਾਂ ਨੇ ਪੂਰੇ ਦਬਾਤੇ, ਹੁਣ ਸਾਨੂੰ ਭਗਵੰਤ ਮਾਨ ਨੇ ਵਾਧੂ ਮੋਟਰ ਸਪੈਸ਼ਲ ਦੇਤੀਆਂ, ਖੇਤਾਂ ਵਾਲੇ ਵੀ, ਘਰ ਵਾਲੇ ਵੀ, ਅੱਗੇ ਰੋਜ਼ ਖੜੇ ਰਹਿੰਦੇ ਉੱਥੇ, ਮਾਫ਼ ਹੈ ਹੁਣ ਤਾਂ ਕੁਛ ਸਾਨੂੰ ਜਾਣਦੇ ਵੀ ਲੋੜ ਹੀ ਨਹੀਂ। ਇੱਕ ਛੜਿਆਂ ਨੂੰ ਕੋਈ ਪਲਸਣ ਨਹੀਂ ਪਾਉਂਦਾ, ਬਸ ਮਾਰ ਕੇ ਗੁੱਡੀਆਂ ਨੂੰ ਮਿਲਿਓ ਤੁਸੀਂ, ਹੱਕ ਹੈ। ਆਪਣੇ ਤਲਵੰਡੀ ਏਰੀਆ ਚ ਦੋ ਘਰਾਂ ਦੇ ਕੇਸ ਪਾਤਾ, ਉਹਨਾਂ ਨੇ ਕੀ ਕਰਿਆ, ਮਰਦੇ ਦੇ ਬੁੜੇ ਉਹਨਾਂ ਨੇ ਘਰੇ ਬਿਜਲੇ, ਇਜਾਜ਼ਤ ਦੇ ਦੇਣ ਸਾਨੂੰ, ਵੋਟਾਂ ਜਿੰਨੀਆਂ ਮਰਜ਼ੀ ਲੈ ਜਾਣ। ਅੱਛਾ, ਵੋਟਾਂ ਜਿੰਨੀਆਂ ਮਰਜ਼ੀ, ਕਹਿੰਦੇ ਖੇਤੀ ਕਰਾ ਦਿਓ। ਕੀ ਨਾਮ ਬਾਈ ਜੀ? ਜਗਸੀਰ ਸਿੰਘ। ਕੀ ਲੱਗਦਾ ਮਾਹੌਲ ਫਿਰ? ਵਧੀਆ, ਝਾੜੂ ਵਾਲੇ ਵਧੀਆ। ਝਾੜੂ ਵਾਲੇ ਕਿਉਂ? ਵਧੀਆ ਇੱਕ ਕੰਮ ਕਰੀਏ, ਕਾਰ ਕਰੀਏ, ਨੌਕਰੀ ਦੇ ਬੱਚਿਆਂ ਨੂੰ। ਪੁਲਿਸ ਮੁਲਾਜ਼ਮ ਆਏ ਸਾਲ ਭਰਤੀ ਹੁੰਦੇ ਬੱਚੇ, ਵਧੀਆ। ਹਾਂ, ਤੇ ਪਹਿਲਾਂ ਕੀ ਚੱਲਦਾ ਸੀ? ਪਹਿਲਾਂ ਤਾਂ ਬਈ ਜਾਣ ਵੇਲੇ ਕੱਢਦੇ ਇਹ, 5 ਸਾਲ ਅਸੀਂ ਬੀਜ ਜਾਂਦੇ, ਓਵਰੇਜ ਹੋ ਜਾਂਦੇ ਬੱਚੇ। ਅੱਛਾ। ਹਾਂ, ਤੇ ਜੇ ਆਪਾਂ ਗੱਲ ਕਰਦੇ ਹਾਂ ਸਹੂਲਤਾਂ ਦੀ, ਪਹਿਲਾਂ ਮਤਲਬ ਪਹਿਲਾਂ ਜਿਹੜੀਆਂ ਸਰਕਾਰਾਂ ਆ ਰਹੀਆਂ ਤਾਂ ਉਹਨਾਂ 'ਚ ਮਿਲੀਆਂ ਨਹੀਂ ਇਹ ਸਹੂਲਤਾਂ? ਨਹੀਂ, ਉਹਨਾਂ 'ਚ ਨਹੀਂ ਮਿਲੀਆਂ। ਨੌਕਰੀ ਮਿਲ ਗਈ ਕਦੋਂ? ਰਾਸ ਹੀ ਆਪਾਂ ਕਦੋਂ ਮਾੜਾ ਕਹਾਂਗੇ? ਹਾਂ, ਤਾਂ 10 ਸਾਲ ਭਗਾਈ ਕਰਾਏ ਨੇ। ਕਹਿੰਦੇ ਵੀ ਪੰਜਾਬ ਤਾਂ ਲੁੱਟ ਲਿਆ ਭਗਵੰਤ ਮਾਨ ਨੇ, ਤੁਸੀਂ ਦੱਸੋ ਹੁਣ ਕਿਉਂ ਲੁੱਟ ਲਿਆ ਯਾਰ? ਕਿਤੋਂ ਕੀ, ਮੈਥੋਂ 1 ਰੁਪਿਆ ਵੀ ਨਹੀਂ ਲਿੱਤਾ ਉਹਨੇ, ਮੈਂ ਕਿਵੇਂ ਕਹਿੰਦਾ ਵੀ ਕੀ ਲੁੱਟ ਲਿਆ ਮੇਰਾ? ਉਹ ਕਹਿੰਦੇ ਵੀ ਅਸੀਂ ਪੰਜਾਬ ਬਚਾਵਾਂਗੇ, ਯਾਤਰਾ ਵੀ ਕੱਢੀ ਹੈ। ਹਾਂ, ਜਮਾਂ ਕੱਢੀ ਹੈ। ਹਾਂ, ਤੇ ਕਹਿੰਦੇ ਪੰਜਾਬ ਤਾਂ ਲੁੱਟਿਆ ਭਗਵੰਤ ਮਾਨ ਨੇ, ਅਸੀਂ ਬਚਾਵਾਂਗੇ। ਨਾ, ਕੋਈ ਲੁੱਟਿਆ ਨਹੀਂ, ਐਵੇਂ ਨਹੀਂ ਕਹਿੰਦੇ ਲੁੱਟਿਆ ਪੰਜਾਬ? ਪੰਜਾਬ ਤਾਂ ਬਸ ਕਹੀ ਨਹੀਂ ਸਕਦੇ ਕਿ ਨਹੀਂ ਲੁੱਟਿਆ। ਹੱਸ ਪਿਆ ਬਾਈ, ਗੱਲ ਵਿੱਚ ਹੀ ਰੱਖ। ਨਾ ਨਾ, ਵਿੱਚ ਨਹੀਂ, ਮੈਂ ਕਹਿ ਨਹੀਂ ਸਕਦਾ ਬਾਈ ਯਾਰ, ਜਿਹਨੇ ਲੁੱਟ ਲਿਆ ਲੁੱਟ ਲਿਆ, ਕਿਸੇ ਨਹੀਂ ਲੁੱਟਿਆ। ਬਸ ਕਿਹਨੇ ਬਾਈ, ਕਿਹਨੇ ਲੁੱਟਿਆ ਅਸਲ 'ਚ ਪੰਜਾਬ? ਅਸਲ ਵਿੱਚ ਦੋਨਾਂ ਸਰਕਾਰਾਂ ਨੇ ਲੁੱਟਿਆ ਜੀ, ਕਾਂਗਰਸ ਨੇ ਵੀ ਅਤੇ ਅਕਾਲੀਆਂ ਨੇ ਵੀ। ਅੱਛਾ, ਜੱਚ ਕੇ ਲੁੱਟ ਲਿਆ? ਜੱਚ ਕੇ। ਹੁਣ ਲੋਕ ਸਿਆਣੇ ਹੋ ਗਏ ਬਾਬਾ? ਹਾਂ, ਹੌਲੀ ਹੌਲੀ ਭਰੇ ਜਾਣਗੇ, ਜਿਹੜੇ 70 ਸਾਲ ਇਹਨੇ, ਜਿਹੜੇ 70 ਸਾਲ ਟੋਏ ਪੱਟੇ ਆ ਜੀ, ਉਹ ਹੌਲੀ ਹੌਲੀ ਭਰੇ ਜਾਣਗੇ। ਇੱਕ ਲੱਗਦਾ ਭਰੀ ਵਿੱਚ ਲੋਕ ਕਹਿੰਦੇ ਉੜੀਆਂ ਨੂੰ 1000 ਰੁਪਇਆ ਤਾਂ ਦਿੱਤਾ ਨਹੀਂ, ਕਾਹਦੀ ਸਰਕਾਰ ਹੈ? ਉਹ ਵੀ ਦੇ ਦੇਣਗੇ ਜੀ ਹੌਲੀ ਹੌਲੀ, ਅਜੇ ਇੱਕੋ ਲੱਗਦਾ ਵਕੀਲਦਾਰੀ ਠੀਕ ਵੀ ਨਹੀਂ ਆਉਂਦੀ ਜੀ, ਹੌਲੀ ਹੌਲੀ ਕਰ ਦੇਣਗੇ ਹੌਲੀ ਹੌਲੀ। ਹਾਂ, ਜਿਵੇਂ ਇਹ ਜਾਣ ਵੇਲੇ ਵਾਅਦੇ ਪੂਰੇ ਕਰੂੰਗਾ ਸਾਰੇ ਫੱਟੇ ਤੇ, ਮੈਨੂੰ ਲੱਗਦਾ ਸਾਰੀ ਆਪ ਵਾਲੇ ਹੋ, ਜਿਵੇਂ ਜਾਣ ਵੇਲੇ ਨੌਕਰੀਆਂ ਨਹੀਂ, ਜਿਵੇਂ ਜਾਣ ਵੇਲੇ ਉਹ ਨੌਕਰੀਆਂ ਦਿੰਦੇ ਨੇ, ਜਾਣ ਵੇਲੇ ਦੇ ਦੂਗਾ। ਆਪ ਵਾਲੇ ਨੇ ਸਰਕਾਰ ਦੇ ਕੰਮਾਂ ਤੋਂ ਖੁਸ਼ ਆ, ਸਾਨੂੰ 70 ਸਾਲ ਹੋ ਗਏ ਦੇਖਦਿਆਂ ਨੂੰ, ਜੋ ਨਜ਼ਾਰੇ ਭਗਵੰਤ ਮਾਨ ਨੇ ਲਿਆ ਰੱਖਿਆ ਕਿਸੇ ਨੇ ਨਹੀਂ ਲਿਆਂਦੇ, ਪੂਰੇ ਵਧੀਆ ਨਜ਼ਾਰੇ ਲਿਆ ਰੱਖੇ ਆ। ਹਾਂਜੀ, ਤੁਸੀਂ ਦੱਸੋ? ਮੇਰੇ ਹਿਸਾਬ ਨਾਲ ਤਾਂ ਅਕਾਲੀ ਦਲ ਜਿੱਤੂ, ਅਕਾਲੀ ਦਲ ਜਿੱਤੂਗਾ। ਕੀ ਬਾਤ ਹੈ, ਕੀ ਬਾਤ ਹੈ! ਹਾਂਜੀ, ਕੈਪਟਨ ਦੇ ਰਾਜ ਤੇ ਬਾਦਲ ਕੇ ਰਾਜ ਤੇ ਮੈਂ ਧਰਨੇ ਲਾਉਂਦਾ ਰਿਹਾ ਬਲਾਡੇ।
ਬਿਜਲੀ ਆਏ ਹੁਣ ਪੂਰੀ ਬਿਜਲੀ ਨਾ ਸਾਨੂੰ ਸੁੱਚ ਦੱਬਣੀ ਨੀ ਪੈਂਦੀ ਕੇਰਾਂ ਦੱਬ ਕੇ ਆ ਜਾਣਾ ਘਰੇ ਬਿਜਲੀ ਲੱਗੇ ਆਪੀ ਚੱਲ ਪੈਣੀ ਨੇ ਅੱਛਾ ਪੂਰੇ ਨਜ਼ਾਰੇ ਹੁਣ ਤਾਂ ਪੈ ਕਹਿਣਾ ਤੂੰ ਕਾਹਨੂੰ ਪੁੱਛਦਾ ਕਹਿੰਦਾ ਨੱਕਾ ਕੋਈ ਦੱਸੋ ਸੁੱਕਾ ਕਰਾ ਤੇ ਰਹਿੰਦਾ ਵਿਚਾਲੇ ਮਕਾਨਾਂ ਜੀ ਧੁਰ ਲੱਗ ਜਾਂਦਾ ਜਮਾਂ ਅੱਗੇ ਕੀ ਹੁੰਦਾ ਇਹਨੂੰ ਪੁੱਛਦੇ ਨੇ ਬਿਜਲੀ ਵਾਲੇ ਵੀ ਤੇਰਾ ਨੱਕਾ ਕੋਈ ਸੁੱਕਾ ਤਾਂ ਨੀ ਰਹਿੰਦਾ ਮਤਲਬ ਫੇਰ ਲੈ ਕਰਦੇ ਆ ਹਾਂ ਹਾਂ ਇਹਨੂੰ ਮਤਲਬ ਕਰਕੇ ਇਹਨੂੰ ਐਂ ਪੁੱਛ ਲਓ ਇਹਨੂੰ ਇੱਕ ਪੁੱਛਿਓ ਇੱਕ ਮਿੰਟ ਇਹਨੂੰ ਐਂ ਪੁੱਛਿਓ ਵੀ ਥਰਮਲ ਲਾਏ ਕਿਹਨੇ ਸੀ ਉਹ ਕਿਹਨੇ ਲਾਏ ਸੀ ਐਂ ਤਾਂ ਪੁੱਛ ਲਓ ਨਾ ਮਾੜਾ ਜਿਹਾ ਜੇ ਉਹਨਾਂ ਲਾਈਟ ਪੈਦਾ ਕੀਤੀ ਹੈ ਤਾਂ ਹੀ ਤੁਹਾਡੇ ਕੋਲ ਲਾਈਟ ਆਈ ਹੈ ਜੋ ਚਾਰ ਥਰਮਲ ਪਲਾਂਟ ਨਾ ਲਾਉਂਦੇ ਇਹਨਾਂ ਕੋਲ ਲਾਈਟ ਕਿੱਥੋਂ ਆਉਂਦੀ ਸਹੀ ਗੱਲ ਦੱਸੋ ਬਾਬਾ ਜਵਾਬ ਦਿਓ ਹੁਣ ਇਹ 5 ਲੱਖ ਰੁਪਈਏ ਨਾਲ ਆਈ ਹੈ ਜੀ 5 ਲੱਖ ਨਾਲ ਆਈ ਹੈ ਤੁਹਾਨੂੰ ਪਤਾ ਖੰਬੇ ਫੇਰੀ ਚ ਕਰ ਲੈਣ ਇਹ ਤਾਂ 5000 ਰੁਪਈਆ ਜਾਈ ਮੰਗਦਾ ਸੀ ਇਹਨਾਂ ਦੇ ਮੁੰਡੇ ਤੋਂ ਸਾਹਮਣੇ ਲਿਆ ਮੇਰੇ ਜੇ ਲਿਆ ਤਾਂ ਮੈਨੂੰ ਦੱਸ ਉਹੀ ਤਾਰਾਂ ਨੇ ਉਹੀ ਖੰਬੇ ਨੇ ਬਾਦਲ ਕਾ ਰਾਜ ਰਿਹਾ ਨਾ 25 ਸਾਲ ਉਦੋਂ ਲਾਈਟ ਆਈ ਨੀ ਹੁਣ ਉਹੀ ਜੇ ਉਹਨਾਂ ਲਾਈ ਤੀ ਹੁਣ ਦਿਨ ਰਾਤ ਲਾਈਟ ਚੱਲਦੀ ਹੈ ਨਜ਼ਾਰੇ ਤੇ ਚਰਚਾ ਵੱਧਦੀ ਜਾਂਦੀ ਹੁੰਦੀ ਹੈ ਤੇ ਸੱਥ ਦੇ ਵਿੱਚ ਆ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਹੈ ਬਜ਼ੁਰਗ ਆਪਦੀਆਂ ਗੱਲਾਂ ਵੀ ਰੱਖਦੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਵੀ ਰੱਖਦੇ ਆਪਣੇ ਮੁੱਦੇ ਤੇ ਆਪਣੀਆਂ ਮਸਲੇ ਤੇ ਹੁਣ ਮਸਲੇ ਹੱਲ ਕੀਤੇ ਕਿਸਨੇ ਨੇ ਉਹ ਵੀ ਤੁਸੀਂ ਸੁਣ ਲਿਆ ਤੇ ਆਪਣੀ ਰਾਏ ਵੀ ਕਰਿਓ ਕਮੈਂਟਾਂ ਸਾਂਝੀ ਮਿਲਦੇ ਆ ਇੱਕ ਨਵੀਂ ਸੱਥ ਨਵੀਂ ਵੀਡੀਓ ਦੇ ਨਾਲ ਧੰਨਵਾਦ।